अस्सलाम वालेकुम, मैं यजान हैदर एक बार फिर नवी वीडियो के नाल थोड़े सारे सामने हाजिर हाँ। मेरी अज की वीडियो का मौजू कबड्डी है। जिस तरह की मेरी पहली वीडियो देख चुके हैं, आप कबड्डी के रिलेटिड क्वेश्चन पूछते हैं अपने इंटरनेशनल प्लेयर्स नूं ते आने वाले जिन्हें भी लोग उन्होंने एक मैसेज दें कि कबड्डी रिलेटिड की करना चाहिए। अज्ज मेरे मेहमान है बिलाल असलम गिल, इंटरनेशनल कबड्डी प्लेयर। आओ उन्होंने कोलों कुछ सवाल करते हैं कबड्डी के रिलेटिड, उन्होंने पूछते हैं कि पाकिस्तान में मौजूदा कबड्डी के की हालात ने। अस्सलाम वालेकुम भाई जान। वालेकुम अस्सलाम बिलाल भाई, की हाल चाल? अल्लाह का शुक्र ठीक ठाक। बिलाल भाई, कितना अरसा हो गया थोड़ा कबड्डी खेलते? मैं कबड्डी खेलते कोई 4 साल हो गए। सही, माशाल्लाह। तुम बहुत यंग हो, तो कबड्डी ही क्यों चूज़ की दूसरी खेल की नस्बत? मेरे वड्डा भाई खेलता सी आदल गिल। सही, उन्होंने वेख के मैनू भी शौक से फिर इस करके मैं फिर इस कबड्डी। ठीक हो, तो तुम इस टाइम किस क्लब वालों खेल रहे हो? मैं जी इस टाइम रॉयल किंग कबड्डी क्लब वालों खेल रहा। सही, उन्होंने प्रमोटर कौन? उन्होंने प्रमोटर है जी चोरी इमरान यूएसए वाले, अथ यकूब चीमा जी। ये दो जी प्रमोटर साडे जिहड़े सानूं प्रमोट करदे ने, उहनां दा करके क्लब चल रहा। सही, ते उस क्लब दे विच होर केड़े केड़े अपने पाकिस्तान दे प्लेयर खेल रहे ने? उहदे विच जी राणा अली शान, मुदस्सर संधू जी, ठीक है जी, अकमल डोगर, सही, आदिल गिल, होर 3-4 मुंडे है ने जिहड़े होर वी क्लब दे 4-5 है। सही, ते तुसीं किस पिंड तों बिलोंग करदे हो? मैं 204 नागां चों। 204 नागां, हां ठीक हो गया। बिलाल भाई, जदों कबड्डी के ग्राउंड दे विच हुंदे हो जी, ते उस टाइम थोड़ा की वो एटमोसफेयर हुंदा, की उस टाइम दिमाग चल रहा हुंदा कबड्डी नूं लैके? जदों जी बंदा ग्राउंड च उतरदा उहनूं बस यही हुंदा कि अल्लाह ताला दी ज़ात नूं इज्जत देवे। सही बात, ते जिन्ने प्लेयर उहनां सब नूं मैनूं वी विच सब नूं साढ़े पेट तों बचावे। बिल्कुल, ते इहो सिचुएशन बंदे दे दिमाग च चल रही हुंदी। ते तुसीं अज तक जिन्ने वी रेडर दे नाल थोड़ा आमना सामना होया, तुहानूं सब तों टफ रेडर किहड़ा लगा? ਮੈਨੂੰ ਜੀ ਸਭ ਤੋਂ ਜਿਹੜਾ ਟਫ ਲੱਗਾ ਵਿਕਾਸ ਭੱਟ ਲੱਗਾ। ਵਿਕਾਸ ਭੱਟ, ਹਾਂਜੀ, ਤੇ ਇੰਟਰਨੈਸ਼ਨਲ ਲੈਵਲ ਤੇ? ਇੰਟਰਨੈਸ਼ਨਲ ਲੈਵਲ। ਸਹੀ, ਤੇ ਉਸ ਤੋਂ ਬਾਅਦ ਕਬੱਡੀ ਦੇ ਖੇਲਦੇ ਹੋਏ ਬੜੇ ਇਨਸਾਨ ਨੂੰ ਕਾਫੀ ਟਰਨਿੰਗ ਪੁਆਇੰਟ ਆਉਂਦੇ ਆ। ਹਾਂਜੀ, ਬੰਦਾ ਲੂਜ਼ ਕਰਦਾ ਵਾ, ਬੰਦਾ ਵਿਨ ਕਰਦਾ, ਤੇ ਸਭ ਤੋਂ ਮਯੂਸੀ ਵਾਲਾ ਕੋਈ ਐਸਾ ਵਾਕਿਆ ਜਿਹੜਾ ਤੁਸੀਂ ਸ਼ੇਅਰ ਕਰਨਾ ਚਾਹੋ? ਸਭ ਤੋਂ ਮਯੂਸੀ ਵਾਲਾ ਤਾਂ ਕੋਈ ਵਾਕਿਆ ਨਹੀਂ ਜੀ ਜਿਹੜਾ ਐਡਾ ਹਜੇ ਤੱਕ ਆਇਆ ਹੋਵੇ। ਬਾਕੀ ਇਹ ਹੈ ਕਿ ਕੁਛ ਪਲੇਅਰ ਹੁੰਦੇ ਆ ਆਪਸ 'ਚ ਜਿਹੜੇ ਕੋਈ ਥੋੜ੍ਹੀ ਰੰਜਿਸ਼ ਰੱਖਦੇ ਆ ਕਿ ਆ ਪਲੇਅਰ ਉੱਤੇ ਨਾ ਜਾਵੇ ਜਾਂ ਕੋਈ ਇਸ ਤਰ੍ਹਾਂ ਦਾ ਵਾਕਿਆ, ਉਹ ਆਮ ਸਾਰਿਆਂ ਨਾਲ ਹੀ ਹੁੰਦੇ ਆ, ਉਹ ਸਾਡੇ ਨਾਲ ਨਹੀਂ। ਅਤੇ ਉਹਨਾਂ ਨੂੰ ਕੋਈ ਤੁਸੀਂ ਮੈਸੇਜ ਦੇਣਾ ਚਾਹੋ ਇਸ ਪਲੇਟਫਾਰਮ? ਮੈਸੇਜ ਇਹੀ ਦੇਣਾ ਚਾਹਾਂਗੇ ਜੀ ਕਿ ਅੱਲਾਹ ਤਾਲਾ ਦੀ ਜ਼ਾਤ ਉੱਤੇ ਸਭ ਨੂੰ ਯਕੀਨ ਰੱਖਣਾ ਚਾਹੀਦਾ, ਕਿਸੇ ਦੇ ਕੁਛ ਕਿਸੇ ਦਾ ਬੁਰਾ ਕਰਨ ਨਾਲ ਕਿਸੇ ਦਾ ਬੁਰਾ ਨਹੀਂ ਹੁੰਦਾ। ਬਿਲਕੁਲ, ਅਤੇ ਬਾਕੀ ਇਹ ਕਿ ਆਪਣਾ ਕੰਮ ਨਾ ਕੰਮ ਰੱਖੋ, ਜਿਹੜਾ ਕੋਈ ਪਲੇਅਰ ਹੈ ਜਿਹਨੂੰ ਇੱਜ਼ਤ ਦੇਣੀ ਉਹਨੂੰ ਅੱਲਾਹ ਤਾਲਾ ਦੀ ਜ਼ਾਤ ਨੇ ਦੇਣੀ, ਨਾ ਮੈਂ ਉਹਦੀ ਘਟਾ ਸਕਦਾ ਨਾ ਤੁਸੀਂ ਉਹਦੀ ਵਧਾ ਸਕਦੇ। ਬਸ ਇਹੀ ਹੈ ਜੀ ਬਸ। ਅਤੇ ਕਬੱਡੀ ਪਲੇਅਰ ਨੂੰ ਆਪਣੀ ਬਾਡੀ ਨੂੰ ਫਿੱਟ ਰੱਖਣ ਲਈ ਬਹੁਤ ਐਕਸਰਸਾਈਜ਼ ਕਰਨੀਆਂ ਪੈਂਦੀਆਂ, ਕਾਫੀ ਖੁਰਾਕਾਂ ਦਾ ਇਸਤੇਮਾਲ ਕਰਨਾ ਪੈਂਦਾ, ਕਾਫੀ ਚੀਜ਼ਾਂ ਤੋਂ ਬਚਣਾ ਪੈਂਦਾ, ਤੁਸੀਂ ਉਸ ਬਾਰੇ ਕੀ ਦੱਸਣਾ ਚਾਹੋਗੇ? ਕਿਹੜੀ ਕਿਹੜੀ ਐਕਸਰਸਾਈਜ਼ ਕਰੀਏ, ਕਿਹੜੀ ਕਿਹੜੀ ਖੁਰਾਕ ਖਾਣੀ ਚਾਹੀਦੀ? ਇਹ ਖੁਰਾਕ ਜਿਹੜੇ ਕਬੱਡੀ ਖੇਲਦੇ ਉਹਨਾਂ ਨੂੰ ਤਾਂ ਸਭ ਨੂੰ ਖੁਰਾਕ ਦਾ ਵੀ ਪਤਾ ਜੀ, ਅਤੇ ਉਹਦੀ ਐਕਸਰਸਾਈਜ਼ ਦਾ ਵੀ ਪਤਾ, ਅਤੇ ਬਚਣਾ ਇਹ ਚਾਹੀਦਾ ਜਿਹੜੇ ਲੋਕ ਸਟੀਰਾਇਡ ਇਸਤੇਮਾਲ ਕਰਦੇ ਨੇ ਉਹਨਾਂ ਤੋਂ ਬਚਣ, ਅਤੇ ਬਾਕੀ ਜਿਹੜਾ ਖੁਰਾਕ ਉਹ ਜਿੰਨੇ ਕਬੱਡੀ ਛੋਟੇ ਲੈਵਲ ਤੋਂ ਲੈ ਕੇ ਵੱਡੇ ਲੈਵਲ ਤੱਕ ਜਿੰਨੇ ਖੇਡਦੇ ਉਹਨਾਂ ਨੂੰ ਪਤਾ ਜੀ ਆਹ ਟ੍ਰੇਨਿੰਗ, ਕਿਉਂਕਿ ਸਿੰਪਲ ਜਿਹੀ ਟ੍ਰੇਨਿੰਗ ਹੈ, ਅਤੇ ਉਸੇ ਤਰ੍ਹਾਂ ਹੀ ਜੱਟਾਂ ਵਾਲੀ ਖੁਰਾਕ ਹੈ, ਅਤੇ ਇਹ 'ਚ ਤਾਂ ਕੋਈ ਦੱਸਣ ਦੀ ਉਹਨਾਂ ਨੂੰ ਯਾਨੀ ਕਿ ਹੈ ਹੀ ਨਹੀਂ ਕਿ ਕਿਹੜੀ, ਜਿਹੜੇ ਨਵੇਂ ਪਲੇਅਰ ਉੱਠ ਰਹੇ ਆ, ਮਤਲਬ ਜਿਹੜੇ ਸ਼ੌਕ ਰੱਖਦੇ ਆ ਉਹਨਾਂ ਨੂੰ ਕਬੱਡੀ ਦਾ ਹਾਲੇ ਪਤਾ ਹੀ ਕੁਛ ਨਹੀਂ, ਉਹਨਾਂ ਨੂੰ ਤੁਸੀਂ ਕੀ ਦੱਸਣਾ ਚਾਹੁੰਦੇ? ਉਹਨਾਂ ਨੂੰ ਅਸੀਂ ਇਹ ਹੀ ਦੱਸਣਾ ਚਾਹਾਂਗੇ ਜੀ ਕਿ ਕੋਈ ਪੰਜ ਟਾਈਮ ਨਮਾਜ਼ ਪੜ੍ਹੋ ਅੱਲਾਹ ਦਾ ਨਾਮ ਲਓ, ਅੱਛਾ ਜੀ, ਅਤੇ ਦੂਸਰਾ ਸੁਬਾਹ ਸੁਬਾਹ ਉੱਠੋ, ਤਾਂ ਆਪਣੀ ਟ੍ਰੇਨਿੰਗ ਕਰਕੇ ਜਿਹੜਾ ਦੁੱਧ ਦਹੀਂ ਜੋ ਮਿਲਦਾ ਜਿੱਥੋਂ ਤੱਕ ਬੰਦਾ ਪਹੁੰਚ ਸਕਦਾ ਉਹਨਾਂ ਅੱਗੇ ਖਾ ਕੇ ਆਪਣੀ ਮਿਹਨਤ ਜ਼ਿਆਦਾ ਕਰੇ, ਅਤੇ ਅੱਲਾਹ ਤਾਲਾ ਇਜ਼ਾਦ ਫਲ ਦੇ। ਸਹੀ ਹੋ ਗਿਆ, ਤੁਸੀਂ ਅੱਜ ਤੱਕ ਕਿਹੜੇ ਕਿਹੜੇ ਮੈਚਸ ਖੇਲ ਚੁੱਕੇ ਹੋ, ਥੋੜ੍ਹਾ ਉਸ ਬਾਰੇ ਸਾਨੂੰ ਦੱਸੋ। ਮੈਂ ਜੀ ਪਹਿਲਾਂ ਮੇਰਾ ਟੂਰ ਇਰਾਨ ਦਾ ਸੀ। ਸਹੀ, ਠੀਕ ਹੈ, ਉਸ ਤੋਂ ਬਾਅਦ ਇੱਥੇ ਇੰਡੀਆ ਅਤੇ ਇਰਾਨ ਦੀ ਟੀਮ ਆਈ, ਲੀਕ ਹੋਈ ਸੀ ਜੀ, ਜਿਹੜੇ ਹੀ ਖੇਲੇ ਹਾਂ ਉਹ ਵੀ ਮੈਂ ਖੇਲਿਆ ਸਾ ਇੱਥੇ ਪਾਕਿਸਤਾਨ ਦੇ ਵਿੱਚ, ਅਤੇ ਉਸ ਤੋਂ ਬਾਅਦ ਆਹ ਕੋਈ ਬਾਹਰ ਦੀ ਹੈ ਹੀ ਹਾਲਾਤ ਚੱਲ ਰਹੇ ਸੀ, ਲੇਕਿਨ ਆਹ ਕਰੋਨਾ ਦੀ ਵਜ੍ਹਾ ਤੋਂ ਵੀ ਫਿਰ ਯਾਨੀ ਕਿ। ਅਤੇ ਬਿਲਾਲ ਭਾਈ, ਤੁਸੀਂ ਨਵੇਂ ਆਉਣ ਵਾਲੇ ਪਲੇਅਰ ਨੂੰ ਕੋਈ ਮੈਸੇਜ ਦੇਣਾ ਚਾਹੋ? ਮੈਂ ਮੈਸੇਜ ਇਹੀ ਦੇਣਾ ਚਾਹਾਂਗਾ ਜੀ ਕਿ ਬਗੈਰ ਕਿਸੇ ਮੈਡੀਸਨ ਤੋਂ ਜੀ ਦਿਲ ਲਾ ਕੇ ਟ੍ਰੇਨਿੰਗ ਕਰੋ, ਅਤੇ ਆਹ ਖੁਰਾਕ ਕਰਾਓ ਜਿਹੜੀ ਸਾਰੇ ਪਲੇਅਰ ਖਾਂਦੇ ਨੇ, ਕਰਕੇ ਆਪਣੇ ਆਪ ਨੂੰ ਫਿੱਟ ਕਰੋ, ਅਤੇ ਆਪਣਾ ਆਪ ਉੱਤੇ ਅੱਲਾਹ ਤਾਲਾ ਜ਼ਾਤ ਤੁਹਾਡਾ ਸਵਾਬ ਬਣਾਵੇ, ਉੱਤੇ ਤੁਸੀਂ ਖੁਦ ਹੀ ਆਪਣੀ ਮਿਹਨਤ ਨਹੀਂ ਆ ਜਾਓਗੇ ਉਹ 'ਚ, ਕਿਸੇ ਦੀ ਕਿਸੇ ਕੋਚ ਪਿੱਛੇ ਲੱਗ ਕੇ ਜਾਂ ਕਿਸੇ ਹੋਰ ਪਲੇਅਰ ਦੀ ਮਿੰਨਤਾਂ ਕਰਨ ਨਾਲੋਂ ਆਪਣੀ ਮਿਹਨਤ ਇੰਨੀ ਕਿ ਕਰੋਗੇ ਤੁਸੀਂ ਆਪ ਅੱਗੇ ਆਓ। ਅੱਛਾ ਬਿਲਾਲ ਭਾਈ, ਜਿਹੜੇ ਤੁਸੀਂ ਕਲੱਬ 'ਚ ਖੇਲਦੇ ਹੋ, ਅਤੇ ਤੁਹਾਡੇ ਕੋਈ ਫਰੈਂਡ ਵੀ ਹੋਣਗੇ ਉੱਥੇ ਜਿਹੜੇ ਖੇਲਦੇ ਨੇ ਨਾਲ ਤੁਹਾਡੇ? ਜਿਹੜਾ ਜੀ ਮੇਰਾ ਪਾਕਿਸਤਾਨ ਦੀ ਕਬੱਡੀ ਦੇ ਵਿੱਚ ਜਾਂ ਵੈਸੇ ਵੀ ਓਵਰ ਆਲ ਵੀ ਜਿਹੜਾ ਮੇਰਾ ਜ਼ਿਆਦਾ ਫਰੈਂਡ ਹੋਏ ਜੀ ਰਾਣਾ ਅਲੀ ਸ਼ਾਨ, ਮਾਸ਼ਾਅੱਲਾ, ਅਤੇ ਜੋ ਆਪਣਾ ਜਿੰਦ ਜਾਨ ਹੈ ਜੀ। ਅਤੇ ਦੂਸਰਾ ਜੀ ਕਬੱਡੀ ਦੇ ਵਿੱਚ ਜਿਹੜਾ ਸਾਡਾ ਦੂਸਰਾ ਬੰਦਾ ਹੋਇਆ ਪਿਆਰ ਕਰਨ ਵਾਲਾ, ਉਹ ਜੀ ਲੱਕੀ ਜੱਟ ਕਰਾਲੀ ਵਾਲਾ, ਠੀਕ ਹੈ, ਇੰਡੀਆ 'ਚੋਂ ਬਿਲੋਂਗ ਕਰਦੇ ਨੇ। ਅਤੇ ਦੂਸਰੇ ਨੰਬਰ ਚੋਰੀ ਇਮਰਾਨ USA ਵਾਲੇ, ਉਹ ਵੀ ਆਪਣੇ ਦਿਲੋਂ ਯਾਨੀ ਕਿ ਉਹਨਾਂ ਨਾਲ ਪਿਆਰ ਹੈ ਆਪਾਂ ਨੂੰ, ਅਤੇ ਆਤਫ ਯਕੂਬ ਚੀਮਾ ਸਾਹਿਬ ਉਹ ਵੀ ਭਰਾ ਨੇ ਆਪਣੇ ਦਿਲੋਂ। ਬਿਲਾਲ ਭਾਈ, ਤੁਸੀਂ ਜਿਹੜੇ ਹੁਣ
यूथ है वो ज़्यादातर मोबाइलों चली गई है, उन्होंने कोई पैगाम देना चाहो? उन्होंने पैगाम यही देना चाहिए कि जेडे माँ वालदेन ने घर उन्होंने चाहिए कि अपने बच्चों गेम की तरफ थोड़ा जहा इनवोल्व कर उधर गेम के वाल उन्होंने तवज्जो कर, क्योंकि ग्राउंडा च होणगे नशे चो बचणगे बुरिया हरकतों से बचणगे तो जाके उन्होंने पता लगे ना मुल्क का कोई बन के कुछ नाम रोशन करेंगे। तो यह चाहिए कि सारे उन्होंने जिन्ना खानदान है या घर जिदे भी कोई एक फर्द चार है जिन्हें भी जो उन्होंने बच्चे किसी से कोई टैलेंट है तो उन्होंने शो कर इस तरह ताकि अपने जो पिंड थावे ग्राउंड ग्राउंड आबाद हो जी। देखो जी ग्राउंड आबाद होगा तो होस्पिटल भी घटनगे, थाने कचहरियां भी घटन जो रश घटू, तो ग्राउंडा की बदौलत ही सारा कुछ होना है। इन्ना के सब चाहिए कि ग्राउंडा सपोर्ट करो, अपनी औलाद न करो, ग्राउंड लैके आओ। बिलाल भाई बहुत अच्छा लगा थोड़ा गल करके, शुक्रिया। ये जी साढ़े इंटरनेशनल कबड्डी प्लेयर बिलाल असलम गिल भाई, जो कि बहुत अच्छे इंसान भी ने, बहुत अच्छा पैगाम दिता उन्होंने आने वाले यूथ न। इंशाल्लाह इस तरह नवे कबड्डी प्लेयर के नाल आप मिलते रहेंगे तो कबड्डी के मुतलक होर मालूम हासिल करते रहेंगे। ये मैनू यजदान है तेनों इजाज़त दो, इस वीडियो में लाइक करो, शेयर करो, चैनल में सबसक्राइब करो, बैल आइकन दबा देना ताकि मेरी हर नवी आने वाली वीडियो थोड़ा सब तो पहला मिलती रहे। शुक्रिया, अल्लाह हाफिज़।